ਫਾਜ਼ਿਲਕਾਦੀ ਸਬਜ਼ੀ ਮੰਡੀ ਦੇ ਵਿੱਚ ਇੱਕ ਕੰਪਿਊਟਰ ਸੈਂਟਰ ਦੇ ਅੰਦਰ ਆਰਟੀਆਈ ਮੂਵਮੈਂਟ ਦੀ ਮੀਟਿੰਗ ਹੋਈ ਸੰਪੰਨ ਸਾਈਬਰ ਸਿਕਿਉਰਿਟੀ 셀 ਦਾ ਕੀਤਾ ਗਿਆ ਗਠਨ ਵਿਸ਼ਾਲ ਵਾਰਸ ਨੂੰ ਬਣਾਇਆ ਗਿਆ ਪ੍ਰਦਾਨ ਫਾਜ਼ਿਲਕਾਦੇ ਵਿੱਚ ਅੱਜ ਆਰਟੀਆਈ ਮੂਵਮੈਂਟ ਫਾਜ਼ਿਲਕਾਦੀ ਇੱਕ ਮੀਟਿੰਗ ਕਾਜ਼ ਮੰਡੀ ਦੇ ਨੇੜੇ ਸਬਜ਼ੀ ਮੰਡੀ ਦੇ ਵਿੱਚ ਇੱਕ ਕੰਪਿਊਟਰ ਸੈਂਟਰ ਦੇ ਜ਼ਬਨ ਹੋਈ ਜਿਸ ਦੇ ਵਿੱਚ ਸੰਦੀਪ ਚਾਮਲੋਂ ਮੀਟਿੰਗ ਦੀ ਅਧਿਖਤਾ ਕੀਤੀ ਗਈ ਅਤੇ ਸਾਈਬਰ ਸਿਕਿਉਰਿਟੀ 셀 ਦਾ ਗਠਨ ਵੀ ਕੀਤਾ ਗਿਆ ਇਸ ਮੌਕੇ ਤੇ ਸਾਈਬਰ ਸਿਕਿਉਰਿਟੀ 셀 ਦਾ ਵਿਚਾਲ ਵਾਟਸ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਰੋਕਸੀ ਫੁਡੇਲਾ ਨੂੰ ਮਾਸਟੇਵ ਨਿਯੁਕਤ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਆਰਟੀਆਈ ਮੂਵਮੈਂਟ ਦੇ ਆਗੂ ਰਦੇਸ਼ ਠਕਰਾਲ ਅਤੇ ਸੰਦੀਪ ਚਾਮ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਸਾਈਬਰ ਸਿਕਿਉਰਿਟੀ ਸੈੱਲ ਦਾ ਗਠਨ ਕਰ ਦਿੱਤਾ ਗਿਆ ਅਤੇ ਵਿਚਾਲ ਵਾਟਸ ਅਤੇ ਰੋਕਸੀ ਫੁਡੇਲਾ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੋਰ ਵੀ ਪਦਦ ਕਰੀਆਂ ਦੀ ਨਿਯੁਕਤੀ ਕੀਤੀ ਜਾਏਗੀ ਅੱਜ ਸਾਰਾ ਸੀ ਆਰਟੀਆਈ ਮੂਵਮੈਂਟ ਪੰਜਾਬ ਜਿੰਦੇ ਸਾਡੇ ਪੰਜਾਬ ਪ੍ਰਾਂਤ ਦੇ ਪ੍ਰਧਾਨ ਮੇਰੇ ਬਿਲਕੁਲ ਨਾਲ ਸੰਜੀਵ ਜੀ ਚਾਮ ਬੈਠੇ ਨੇ ਹੰਦ ਦੇ ਅਧਿਐਖਤਾ ਦੇ ਵਿੱਚ ਅਸੀਂ ਕਾਸ ਮੰਡੀ ਦੇ ਬਿਲਕੁਲ ਨਜ਼ਦੀਕ ਜਿਹੜੀ ਸਬਜ਼ੀ ਮੰਡੀ ਹੈ ਸਬਜ਼ੀ ਮੰਡੀ ਦੇ ਅੰਦਰ ਕੰਪਿਊਟਰ ਸੈਂਟਰ ਦੇ ਵਿੱਚ ਸਾਡੀ ਸਾਰੀ ਆਰਟੀਆਈ ਮੂਵਮੈਂਟ ਦੀ ਟੀਮ ਇੱਥੇ ਇਕੱਤਰਿਤ ਹੋਈ ਹੈ ਤਾਂ ਅਸੀਂ ਐਸ ਟੀਮ ਦਾ ਥੋੜਾ ਵਿਸਤਾਰ ਕੀਤਾ ਅਸੀਂ ਇੱਕ ਨਵੇਂ ਵਿੰਗ ਦੀ ਸਥਾਪਨਾ ਕੀਤੀ ਹੈ ਸਾਈਬਰ ਸਿਕਿਉਰਿਟੀ ਸੈੱਲ ਤਾਂ ਉਸ ਸਾਈਬਰ ਸਿਕਿਉਰਿਟੀ ਸੈੱਲ ਦੇ ਅੰਦਰ ਅਸੀਂ ਮੇਰੇ ਬਿਲਕੁਲ ਖੱਬੇ ਪਾਸੇ ਵਿਸ਼ਾਲワਰਸੀ ਨੂੰ ਜਿਹੜੇ ਪਿਛਲੇ ਕੁਝ ਸਮੇਂ ਤੋਂ ਅਨਪਚਾਰਿਕ ਤੌਰ ਤੇ ਕੰਮ ਕਰ ਰਹੇ ਸੀ ਬੜਾ ਮਤਲਬ ਵਿਸ਼ਾਲ ਕੰਮ ਕਰ ਰਹੇ ਸੀ ਤਾਂ ਅੱਜ ਅਸੀਂ ਉਹਨਾਂ ਨੂੰ ਉਪਚਾਰਿਕ ਤੌਰ ਤੇ ਸਾਈਬਰ ਸਿਕਿਉਰਿਟੀ ਸੈੱਲ ਦੇ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਹੈ ਤਾਂ ਮੇਰੇ ਬਿਲਕੁਲ ਸੱਜੇ ਪਾਸੇ ਮੇਰੇ ਨਾਲ ਬੈਠੇ ਨੇ ਰੋਕਸੀ ਪਟੇਲਾ ਜੀ ਇਹਨਾਂ ਨੂੰ ਅਸੀਂ ਇਹ ਸੈੱਲ ਦਾ ਮਾਸਚੀ ਵੀ ਲਗਾਇਆ ਹੈ ਤਾਂ ਜਿਹੜੀ ਸਾਡੀ ਆਰਟੀਆਈ ਮੂਵਮੈਂਟ ਹੈ ਇਸ ਤਰ੍ਹਾਂ ਸਮਾਜ ਦੇ ਸਾਰੇ ਲੋਕਾਂ ਨੂੰ ਪਤਾ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਭ੍ਰਸ਼ਟਾਚਾਰ ਨੂੰ ਜਾਂ ਠੱਗੀ ਨੂੰ ਖਤਮ ਕਰਨ ਦੇ ਲਈ ਜਾਂ ਲੋਕਾਂ ਨੂੰ ਦੇ ਤੋਂ ਬਚਣ ਲਈ ਰਾਤ ਦਿਨ ਦੇ ਲਈ ਅਸੀਂ ਕੰਮ ਕਰ ਰਹੇ ਸੀ ਪਰ ਕਿਉਂਕਿ ਹੁਣ ਟੈਕਨੋਲੋਜੀ ਦੇ ਅੰਦਰ ਇੱਕ ਨਵਾਂ ਵਿਸ਼ਾ ਜਿਹੜਾ ਜੁੜ ਗਿਆ ਹੈ ਸਾਈਬਰ ਸਿਕਿਉਰਿਟੀ ਵਾਲਾ ਕਿਉਂਕਿ ਸਾਈਬਰ ਦੇ ਤੌਰ ਤੇ ਵੀ ਲੋਕਾਂ ਨਾਲ ਬਹੁਤ ਸਾਰੀ ਠੱਗੀ ਹੁੰਦੀ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਆਰਟੀਆਈ ਦੇ ਵਿੱਚ ਇਹ ਹੁੰਦਾ ਹੈ ਵੀ ਤੁਹਾਡੇ ਨਾਲ ਠੱਗੀ ਹੋ ਗਈ ਜਾਂ ਭ੍ਰਸ਼ਟਾਚਾਰ ਹੋ ਗਿਆ ਤੁਸੀਂ ਬਾਅਦ ਵਿੱਚ ਵੀ ਰੈਮਡੀ ਅਵੇਲ ਕਰ ਸਕਦੇ ਜੋ ਲੇਕਿਨ ਇਹਦੇ ਵਿੱਚ ਜੇ ਤੁਹਾਡੇ ਨਾਲ ਠੱਗੀ ਹੋ ਗਈ ਕੋਈ ਗਾਰੰਟੀ ਨਹੀਂ ਹੈਗਾ ਵੀ ਤੁਹਾਡਾ ਜਿਹੜਾ ਪੈਸਾ ਉਹ ਤੁਹਾਡਾ ਰਿਕਵਰ ਹੋ ਜਾਏਗਾ ਇਹਦੇ ਵਾਸਤੇ ਪਹਿਲੇ ਹੀ ਲੋਕਾਂ ਨੂੰ ਜਾਗਰੂਕ ਕਰਨਾ ਪੈਂਦਾ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਵਿਸ਼ਾਲ ਜੀ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਇਹਨਾਂ ਨੇ ਫੇਸਬੁੱਕ ਦੇ ਮਾਧਿਅਮ ਦੇ ਨਾਲ ਆਪਣੇ ਅਖਬਾਰ ਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਆਰਟੀਕਲ ਲਿਖੇ ਨੇ ਉਹਦੇ ਮਾਧਿਅਮ ਦੇ ਨਾਲ ਤੇ ਵਟਸਐਪ ਦੇ ਮਾਧਿਅਮ ਦੇ ਨਾਲ ਲੇਕਿਨ ਹੁਣ ਇਹ ਸਾਡੀ ਟੀਮ ਦਾ 파ਟ ਬਣ ਚੁੱਕੇ ਨੇ ਕਿਉਂਕਿ ਅਸੀਂ ਸਮਾਜ ਦਾ ਜਿਹੜਾ ਇਹ ਕੰਮ ਕਰ ਰਹੇ ਲੰਬੇ ਸਮੇਂ ਤੋਂ ਤਾਂ ਇਹ ਵੀ ਸਾਡੀ ਉਹਨਾਂ ਟੀਮ ਜਿਹੜੀ ਹੈ ਇਹ ਸਾਡਾ ਹਿੱਸਾ ਹੈਗਾ ਤੇ ਸਮਾਜ ਦਾ ਇਹ ਕੰਮ ਕਰਨਗੇ ਕਿਸੇ ਵੀ ਬੰਦੇ ਦੇ ਨਾਲ ਕੋਈ ਠੱਗੀ ਹੁੰਦੀ ਏ ਉਹਦੀ ਰੈਮਡੀ ਕਿਵੇਂ ਅਵੇਲ ਕਰਨੀ ਏ ਤਾਂ ਉਹਦੇ ਵਾਸਤੇ ਵਿਸ਼ਾਲ ਜੀ ਕਾਫੀ ਐਕਸਪਰਟ ਨੇ ਤਾਂ ਮੈਂ ਇੱਕ ਛੋਟੀ ਜਾਣਕਾਰੀ ਹੋਰ ਵੀ ਦੇਣਾ ਚਾਹਾਂਗਾ ਠੀਕ ਹੈ ਫਾਇਲ ਕਾ ਦੇ ਅੰਦਰ ਬਹੁਤ ਸਾਰੇ ਸਮਾਜਿਕ ਸੰਗਠਨ ਨੇ ਸਮਾਜਿਕ ਸੰਗਠਨਾ ਦੇ ਅੰਦਰ ਜੇ ਤੁਸੀਂ ਕੰਮ ਕਰਨਾ ਹੈ ਤੁਹਾਨੂੰ ਤੁਹਾਡੇ ਅੰਦਰ ਸਕਿੱਲ ਨਹੀਂ ਵੀ ਹੈਗੀ ਨਾ ਸਿੰਪਲ ਤੁਸੀਂ ਆਪਦੇ ਤਨ ਦੇ ਨਾਲ ਸੇਵਾ ਕਰ ਸਕਦੇ ਲੇਕਿਨ ਇਹ ਦੋ ਹੈ ਜੇ ਖੇਤਰ ਨੇ ਇਹਦੇ ਵਿੱਚ ਬਿਨਾ ਸਕਿੱਲ ਤੋਂ ਤੁਸੀਂ ਕੰਮ ਨਹੀਂ ਕਰ ਸਕਦੇ ਤੁਹਾਡੇ ਕੋਲ ਟੈਕਨੀਕਲ ਸਕਿੱਲ ਹੈਗੀ ਹੈ ਤੁਹਾਡੇ ਕੋਲ ਗਿਆਨ ਹੈਗਾ ਹੈ ਤੁਹਾਡੇ ਕੋਲ ਯੋਗਤਾ ਹੈਗੀ ਹੈ ਫਿਰ ਵੀ ਤੁਸੀਂ ਸਮਾਜ ਦਾ ਕੰਮ ਕਰ ਸਕਦੇ ਜੋ ਤਾਂ ਜਿਹੜੇ ਸਾਡੇ ਨਾਲ ਲੋਕ ਜੁੜੇ ਨੇ ਅਸੀਂ ਇਹਨਾਂ ਸਾਰੇ ਹੀ ਲੋਕਾਂ ਨੂੰ ਐਂਡ ਅਨਵਲੀ ਟਾਈਮ ਦੇ ਵਿੱਚ ਸੈਮੀਨਾਰ ਲਗਾਵਾਂਗੇ ਸੈਮੀਨਾਰ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਇਸ ਆਈਟੀ ਪੱਖ ਤੋਂ ਅਸੀਂ ਸਟਰੋਂਗ ਕਰਾਂਗੇ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਬੰਦਾ ਉਹੀ ਸਰਵਾਈਵ ਕਰ ਸਕਦਾ ਜਿਹੜਾ ਆਈਟੀ ਖੇਤਰ ਦੇ ਵਿੱਚ ਪਰਿਪੱਕਾ ਹੋ ਗਿਆ ਉਹਨੂੰ ਗਿਆਨ ਹੈ ਗਿਆ ਜੀ ਅੱਜ ਸਾਈਬਰ ਸਲ ਦਾ ਗਠਨ ਕੀਤਾ ਗਿਆ ਹੈ ਆਰਟੀਆਈ ਦੀ ਇੱਕ ਸ਼ਾਖਾ ਦੇ ਤਹਿਤ ਮੈਂ ਸਾਡੇ ਦੋਨੋਂ ਹੀ ਜਿਹੜੇ ਪ੍ਰਧਾਨ ਤੇ ਮਾਸ ਅਚੀਵ ਬਣਾਏਗੇ ਨੇ ਉਹਨਾਂ ਨੂੰ ਵਧਾਈ ਦੇਣਾ ਤੇ ਮੈਨੂੰ ਉਮੀਦ ਹੈ ਕਿ ਇਹ ਆਪਦਾ ਇਮਾਨਦਾਰੀ ਨਾਲ ਕੰਮ ਪਹਿਲੇ ਵੀ ਕਰਦੇ ਸੀ ਤੁਹਾਨੂੰ ਵੀ ਉਸ ਤੋਂ ਕੰਮ ਅੱਗੇ ਆਪਦਾ ਵਿਸਤਾਰ ਕਰਦੇ ਹੋਏ ਕਮ ਲੋਕਾਂ ਨੂੰ ਇਹਦਾ ਫਾਇਦਾ ਮਿਲੇਗਾ ਤੁਹਾਡੇ ਵੱਲੋਂ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਹੈ ਹੈਲਥ ਨੰਬਰ ਫਿਲਹਾਲ ਜਲਦ ਕਰ ਦੇ ਫਿਲਹਾਲ ਨਹੀਂ ਕੀਤਾ ਗਿਆ ਲੇਕਿਨ ਜਲਦੀ ਕਰ ਦਿੱਤਾ ਜਾਏਗਾ ਕੀ ਮੈਸੇਜ ਹੀ ਦੇਣਾ ਚਾਹੋਗੇ ਲੋਕਾਂ ਲੋਕ ਅਵੇਅਰ ਹੋਣ ਜੇ ਕਿਸੇ ਨਾਲ ਠੱਗੀ ਹੁੰਦੀ ਹੁੰਦੇ ਮਾਰੇ ਲੋਕ ਅਵੇਅਰ ਹੋਣ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਇੱਕ ਤਾਂ ਸਾਡੇ ਵਿਸ਼ਾਲ ਜੀ ਤੇ ਰੌਕਸੀ ਜੀ ਉਹਨਾਂ ਨੂੰ ਜਾਣਕਾਰੀ ਦੇਣਗੇ ਇਸ ਤਰ੍ਹਾਂ ਦੀ ਹੈਲਪ ਦੀ ਲੋੜ ਹੋਏਗੀ ਤਾਂ ਉਹਨਾਂ ਨੂੰ ਹੈਲਪ ਕਰਨਗੇ ਇੰਨਾ ਜ਼ਰੂਰੀ ਸਮਝਦੇ ਸੀ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਪਹਿਲ ਕਰਨੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਨਵੀਂ ਟੈਕਨੀਕਸ ਆਈਆਂ ਨੇ ਤੇ ਠੱਗੀਆਂ ਵੀ ਵਧੀਆਂ ਨੇ ਤੇ ਇਹਦਾ ਗਠਨ ਕਰਨਾ ਜ਼ਰੂਰੀ ਸੀ ਮੇਰੇ ਦੇ ਕਿ ਪੰਜਾਬ ਭਰ ਚ ਲੋਕਾਂ ਨੂੰ ਇਹਦਾ ਨਾ ਫਾਇਦਾ ਮਿਲੇਗਾ ਕਿੰਨੇ ਮੈਂਬਰ ਤੁਹਾਡੇ ਜਿਹੜੇ ਟੀਮ ਦੇ ਵਿੱਚ ਵਰਕ ਕਰਦੇ ਸਾਡੇ ਆਰਟੀਆਈ ਵਿੱਚ ਤਾਂ ਕਾਫੀ ਮੈਂਬਰ ਨੇ ਲਗਭਗ 50 ਤੋਂ ਜ਼ਿਆਦਾ ਮੈਂਬਰ ਸਾਡੇ ਆਰਟੀ ਸੈੱਲ ਦੇ ਵਿੱਚ ਹੈਗੇ ਨੇ ਇਹ ਸਾਡਾ ਨਵਾਂ ਗਠਨ ਕੀਤਾ ਗਿਆ ਦੇ ਵਿੱਚ ਵਿਸਤਾਰ ਬਾਕੀ ਜ਼ਿੰਮੇਵਾਰੀਆਂ ਨੂੰ ਦਿੱਤੀ ਹੈ ਆਪਦੀ ਵਿਸਤਾਰ ਕਰਨਗੇ ਆਪਦੀ